बाकी तुहानू स्टार्टिंग दी आवाज़ विखाने आ जी। पराठेदार आवाज़ और 3600 दी ये अपनी मैसी वाली रेस जो पराठे वाली आवाज़ और 3600 दी आवाज किवें दी लगी कमेंट करके जरूर दस्या जे। ओवरहाल सारा काम ए टू जैड 16 दे टायर 655 वाला हिस्सा हैवी ड्यूटी यू क्लासिक वाले मगराड एसेसरी टोटल जिन्नी भी फार्म ट्रैक वाली ते फ्रंट दे रेडियल टायर बैक टायर रेडियल दे ते बाकी बने रहो वीडियो दे नाल विखाने तुहानू सारी वीडियो। लो जी अज की एक नवी वीडियो लैके आए जी फोर्ड 3600 दी। लो जी वेख सकते हो बहुत ही सोहनी लुक तैयार हो गया जी फोर्ड 3600। बाकी दस दें तुहानू की काम होया ट्रैक्टर ते टायरां तो लैके सारा ओवरऑल काम छतरी बंपर तक। फ्रंट बंपर की गल करिए जी फ्रंट बंपर वेख सकते हो बहुत ही सोहनी लुक तैयार है। फ्रंट बंपर 80 किलो वेट च बंपर है। LED लाइट बार लाइट कहने जिन्हों आप फ्रंट च होरन रूट्स दे ते फ्रंट जाली होगी। LED लाइटा हैड लाइटा ने जो एयर कैलेंडर शीशा जड़ा वो लैंड वाला ते बाकी फ्रंट टायरां दी गल करिए जी BKT दे टायर ने जी 916 दे BKT नंबर देख सकते हो। BKT कंपनी दा टायर है जी फ्रंट वाला 916 दा ते बैक टायर दी गल करिए 1628 दा अपोलो दा। लो जी वेख सकते हो अपोलो 1628 नंबर रेडियल टायर है। फ्रंट भी तो बैक टायर भी ते बाकी कलर दी गल करिए जी मटैलिक पेंट कलर होया सारे ट्रैक्टर ते जो शो दा कलर है ते बाकी वेख सकते हो तुसी पंप हो गया निक्की तो निक्की एसेसरी जो पावर स्टेयरिंग वाली पैपा ने थले पत्ती बना के उवें उस तरीके ही जिमें कंपनी दिंदी है ते बाकी इतने लोगो भी लाया जी होट वाला ते टूलबॉक्स हो गया जो आप सारे ट्रैक्टरों नू ला के दिने जी इतने ते उच्चे पायदान हो गए मैसी वाली रेस डबल क्लच हो गया जी ते इहदा हिस्सा चेंज किया जी आप बैक 655 वाला तेल ब्रेकों च ते बाकी क्लासिक वाले मगराड ने LED लाइटा ने रिम का साइज 1628 दा बैक LED लाइटा फार्म ट्रैक वाली ते बैक हिस्से की गल करिए बहुत ही हैवी ड्यूटी हिस्सा WXN डिस्ट्रीब्यूटर बाकी लिंका हैवी वाली जैक हो गए हुक होगी ते यू बनाया जड़ा आपां हैंडमेड तैयार करने हैं फोल्डिंग वाला ते बैक लाइट 36 होगी जी अपनी पक्की मैसी वाली रेस बैटरी बॉक्स वाइट किया
ਅਤੇ ਬਾਕੀ ਪੈਪਾਂ ਵੇਖ ਸਕਦੇ ਹੋ ਸਾਰੇ ਓਰੀਜਨਲ ਹੈ ਜੀ ਕੰਪਨੀ ਦੀਆਂ ਫਾਰਮ ਟਰੈਕ 'ਚ ਜੋ ਪੈਪਾਂ ਆਉਂਦੀਆਂ ਨੇ ਵਾਟਰ ਸਪਰੇਟਰ ਹੋ ਗਿਆ ਫਿਲਟਰ ਹੋ ਗਿਆ ਜਿਸ ਤਰੀਕੇ ਨੂੰ ਫਾਰਮ ਟਰੈਕ ਨੂੰ ਆਉਂਦਾ ਫਿਲਟਰ ਥੱਲੇ ਉਸ ਤਰੀਕੇ ਨਾਲ ਆਪਾਂ ਬਣਾ ਕੇ ਲਾਇਆ ਇਹਨੂੰ ਫੋਰ 3600 ਨੂੰ ਅਤੇ ਬਾਕੀ ਲੀਵਰ ਮੁੱਠੇ ਹੋ ਗਏ ਸਾਰੇ ਹਾਈ ਲੋ ਵਾਲਾ ਹੋ ਗਿਆ ਗੇਅਰ ਵਾਲਾ ਮੁੱਠਾ ਹੋ ਗਿਆ ਅਤੇ ਹੈਂਡ ਬ੍ਰੇਕ ਹੋ ਗਈ ਜੋ ਆਪਾਂ 3630 ਵਾਲੀ ਲਾਉਂਦੇ ਹਾਂ ਅਤੇ ਡਬਲ ਐਕਸ਼ਨ ਡਿਸਟ੍ਰੀਬਿਊਟਰ ਦੀ ਡੰਡੀ ਨੋਬ ਹੈ ਜਿਹੜੀ ਅਤੇ ਲਿਫਟ ਵਾਲੀਆਂ ਨੋਬਾਂ ਨੇ ਸੀਟ ਹੋ ਗਈ ਫਾਰਮ ਟਰੈਕ ਵਾਲੀ ਅਤੇ ਬਾਕੀ ਸੈਡ ਸ਼ੀਸ਼ਾ ਅਤੇ ਵੇਖ ਸਕਦੇ ਹੋ ਬਹੁਤ ਹੀ ਸੋਹਣਾ ਟਰੈਕਟਰ ਤਿਆਰ ਹੋਇਆ ਜੀ ਅਤੇ ਬਾਕੀ ਕਮੈਂਟ ਕਰਕੇ ਜ਼ਰੂਰ ਦੱਸਿਆ ਜੇ ਅਤੇ ਸ਼ੇਅਰ ਜ਼ਰੂਰ ਕਰਿਆ ਜੇ ਨਾਲ ਦੀ ਨਾਲ ਵੀਡੀਓ ਨੂੰ ਅਤੇ ਜਿਹੜੇ ਵੀਰ ਪਹਿਲੀ ਵਾਰ ਵੇਖਣ ਡੇ ਨੇ ਵੀਡੀਓ ਨੂੰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇ ਐਵੇਂ ਦੀ ਹੋਰ ਵੀ ਵੀਡੀਓ ਆਪਾਂ ਤੁਹਾਡੇ ਤੱਕ ਲਿਆਵਾਂਗੇ ਅਤੇ ਬਾਕੀ ਉੱਤੇ ਆਪਾਂ ਬਹਿ ਕੇ ਗੱਲ ਕਰੀਏ ਵਿਖਾਉਂਦੇ ਹਾਂ ਜੀ ਇਲੈਕਟ੍ਰੋਨਿਕ ਵਾਇਰਿੰਗ ਹੈ ਜੀ ਸਾਰੀ ਇਹ ਡੰਡੀ ਹੋ ਗਈ ਜੀ ਇਲੈਕਟ੍ਰੋਨਿਕ ਵਾਇਰਿੰਗ ਸਾਰੀ ਜੋ ਵੀ ਸਾਰੀ ਨਵੀਂ ਲਾਈ ਹੈ ਆਪਾਂ ਫਾਰਮ ਟਰੈਕ ਵਾਲੀ ਅਤੇ ਮੈਸੇ ਵਾਲੀ ਰੇਸ ਹੋ ਗਈ ਅਤੇ ਆਪਾਂ ਕਈ ਟਰੈਕਟਰਾਂ ਨੂੰ ਲਾ ਚੁੱਕੇ ਹਾਂ ਅਤੇ ਜਿਨ੍ਹਾਂ ਵੀਰਾਂ ਨੇ ਹਾਲੇ ਨਹੀਂ ਵੀਡੀਓ ਵੇਖੀ ਮੈਸੇ ਵਾਲੀ ਰੇਸ ਦੀ ਅਤੇ ਆਪਣੇ ਚੈਨਲ 'ਤੇ ਜਾ ਕੇ ਵੀਡੀਓ ਵੇਖ ਸਕਦੇ ਨੇ ਅਤੇ ਬਾਕੀ ਫਰੰਟ ਹਿੱਸੇ 'ਚ ਪਾਵਰ ਸਟੇਅਰਿੰਗ ਹੈ ਜੀ ਇਹਦਾ ਜੋ ਆਪਾਂ T20 ਵਾਲਾ ਚੁੱਲ੍ਹਾ ਹਿੱਸਾ ਲਾਉਂਦੇ ਹਾਂ ਅਤੇ ਸਭ ਤੋਂ ਵਧੀਆ ਗੱਲ ਹੈ ਜੀ ਜੋ ਆਪਾਂ ਇਹਦੇ 'ਚ ਚੇਂਜਿੰਗ ਕੀਤੀ ਹੈ 16 ਦੇ ਟਾਇਰ ਪਾਏ ਨੇ ਜੋ ਹਿੱਸਾ ਚੇਂਜ ਕੀਤਾ ਆਪਾਂ ਇਹਦੇ 'ਚ ਜੋ 60-55 ਵਾਲਾ ਉਹਦੇ 'ਚ ਹੀ ਸਾਰੇ ਤੇਲ ਬ੍ਰੇਕਾਂ ਆ ਗਈਆਂ ਹੈਵੀ ਡਿਊਟੀ ਹਿੱਸਾ ਹੋ ਗਿਆ ਅਤੇ ਬਾਕੀ ਮਟੈਲਿਕ ਪੇਂਟ ਵੇਖ ਸਕਦੇ ਸ਼ੋ 'ਚ LED ਲਾਈਟਾਂ ਬਾਕੀ ਅੰਦਰੂਨੀ ਕੰਮ ਖਾਂਦੇ ਹਾਂ ਜੀ ਤੁਹਾਨੂੰ ਪਾਵਰ ਸਟੇਅਰਿੰਗ ਵਾਲੀ ਟੈਂਕੀ ਹੋ ਗਈ ਅਤੇ ਬਾਕੀ ਇਕੱਲੀ ਇਕੱਲੀ ਚੀਜ਼ ਵੇਖ ਸਕਦੇ ਹੋ ਬਰੀਕੀ ਨਾਲ ਜੋ ਵੀ ਆਪਾਂ ਅਸੈਸਰੀ ਚਲਾਈ ਰਬੜ ਹੋ ਗਈ ਰਬੜ ਪਾਰਟਸ ਹੋ ਗਏ ਸਾਰੇ ਕੁੰਡੀਆਂ ਅਸੈਸਰੀ ਹੋ ਗਈ ਜਿਹੜੀ ਸਾਰੀ ਬਾਕੀ ਕਿਸੇ ਵੀਰ ਨੇ ਸੰਪਰਕ ਕਰਨਾ ਹੋਇਆ ਅਤੇ ਨੰਬਰ ਦੇ ਦਿਆਂਗੇ ਜੀ ਆਪਾਂ ਯੂਟਿਊਬ 'ਚ ਅਤੇ ਤੁਸੀਂ ਸੰਪਰਕ ਕਰ ਸਕਦੇ ਹੋ ਅਤੇ ਕਈ ਵੀਰਾਂ ਨੇ ਹਿੱਸੇ ਬਾਰੇ ਪੁੱਛਣਾ ਹੋਵੇ ਜਾਂ ਫਾਰਮ ਟਰੈਕ 'ਚ ਫੋਰ 3600 'ਚ ਜਿਵੇਂ ਮਰਜ਼ੀ ਤੁਸੀਂ ਹਿੱਸਾ ਲਵਾ ਸਕਦੇ ਹੋ ਅਤੇ ਇਹਦੇ ਬਾਰੇ ਦੱਸ ਦਿਆਂਗੇ ਤੁਹਾਨੂੰ ਅਤੇ ਬਾਕੀ ਆਪਣੀ ਸ਼ੋਪ 'ਚ 9 ਵਜੇ ਤੋਂ ਲੈ ਕੇ 5 ਵਜੇ ਤੱਕ ਜਦੋਂ ਮਰਜ਼ੀ ਆ ਸਕਦੇ ਹੋ ਡਿਸਟ੍ਰਿਕਟ ਕੈਥਲ ਹਰਿਆਣਾ ਪਿੰਡ ਹਾਬੜੀ ਵੱਲੋਂ ਫੋਰ 3600 ਸਾਰੇ ਨੂੰ ਤਿਆਰ ਕਰ ਦਿੱਤਾ ਜੀ ਅਤੇ ਬਾਕੀ ਜੁੜੇ ਰਹੋ ਸਾਡੇ ਨਾਲ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੇ ਨਵੇਂ ਵੀਰ ਅਤੇ ਸ਼ੇਅਰ ਜ਼ਰੂਰ ਕਰਿਆ ਜੇ ਵੀਡੀਓ ਨੂੰ ਅਤੇ ਐਵੇਂ ਦੀ ਵੀਡੀਓ ਹੋਰ ਵੀ ਲਿਆਵਾਂਗੇ ਤੁਹਾਡੇ ਵਾਸਤੇ ਠੀਕ ਹੈ ਜੀ ਸਾਰੇ ਵੀਰਾਂ ਨੂੰ ਮਿਹਰਬਾਨੀ ਬਾਕੀ ਟਰੈਕਟਰ ਦੀ ਲੁੱਕ ਵੇਖ ਸਕਦੇ ਹੋ 16 ਦੇ ਟਾਇਰਾਂ ਨਾਲ ਕਾਫੀ ਉੱਚਾ ਟਰੈਕਟਰ ਬਣ ਗਿਆ ਬਾਕੀ ਹੈਵੀ ਡਿਊਟੀ ਛੱਤਰੀ ਲੱਗ ਗਈ ਇਹਨੂੰ ਕੈਪ ਹੈ ਜੋ ਉੱਪਰਲੀ ਅਤੇ ਉਹ ਵੀ ਠੀਕ ਹੈ ਜੀ ਮਿਹਰਬਾਨੀ